ਗੁਰਦਾਸਪੁਰ ਦੇ ਵਿੱਚ ਉਸ ਵਕਤ ਹਫੜਾ ਦਫੜੀ ਮਚ ਜਾਂਦੀ ਹੈ ਜਦੋਂ ਖੰਭਿਆਂ ਦੇ ਵਿੱਚੋਂ ਲਗਾਤਾਰ ਪਟਾਕੇ ਪੈਣੇ ਸ਼ੁਰੂ ਹੋ ਜਾਂਦੇ ਨੇ। ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਾਜ਼ਾਰ ਦੇ ਵਿੱਚ ਹਫੜਾ ਦਫੜੀ ਹੈ ਜਿਹੜੀ ਮਚ ਜਾਂਦੀ ਹੈ। ਉੱਥੇ ਰੇਹੜੀ ਦਾ ਛੱਤਰ ਹੈ ਜਿਹੜਾ ਉਹ ਵੀ ਸੜ ਕੇ ਸਵਾਹ ਹੋ ਜਾਂਦਾ। ਤਾਂ ਬਿਲਕੁਲ ਤਸਵੀਰਾਂ ਤੁਹਾਡੇ ਨਾਲ ਅਸੀਂ ਇਸ ਵਕਤ ਸਾਂਝੀਆਂ ਕਰ ਰਹੇ ਹਾਂ। ਗੁਰਦਾਸਪੁਰ ਸ਼ਹਿਰ ਦੀਆਂ ਜਾਣਕਾਰੀ ਤੁਹਾਨੂੰ ਦੇ ਦਿੰਦੇ ਹਾਂ ਕਿ ਸਦਰ ਬਾਜ਼ਾਰ ਦੇ ਦੁਕਾਨਦਾਰਾਂ ਸੁਭਾਸ਼ ਭੰਡਾਰੀ ਤੇ ਵਿਨੇ ਗਾਂਧੀ ਨੇ ਦੱਸਿਆ ਕਿ ਕਈ ਸਾਲਾਂ ਤੋਂ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਬਿਜਲੀ ਦੀਆਂ ਤਾਰਾਂ ਤੋਂ ਖਤਰਾ ਬਣਿਆ ਹੋਇਆ। ਦਰਅਸਲ ਦੁਕਾਨ ਦੀਆਂ ਛੱਤਾਂ ਦੇ ਨਾਲ ਬੇਤਰੀਬ ਤਾਰਾਂ ਦਾ ਜਾਲ ਵਿਛਾਇਆ ਗਿਆ। ਅਕਸਰ ਦੁਕਾਨਾਂ ਨੂੰ ਛੂ ਕੇ ਗੁਜ਼ਰਦੀਆਂ ਨੇ ਇਹਨਾਂ ਤਾਰਾਂ ਵਿੱਚ ਸਪਾਰਕਿੰਗ ਹੁੰਦੀ ਰਹਿੰਦੀ ਆ। ਤਾਂ ਬਿਲਕੁਲ ਗਰਮੀਆਂ ਦੇ ਦਿਨਾਂ ਵਿੱਚ ਜਦੋਂ ਬਿਜਲੀ ਚੱਲ ਜਾਂਦੀ ਤਾਂ ਸਮੱਸਿਆ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ। ਤਾਂ ਕਈ ਵਾਰ ਛੋਟੇ ਮੋਟੇ ਹਾਦਸੇ ਨੇ ਜਿਹੜੇ ਉਹ ਵੀ ਵਾਪਰ ਚੁੱਕੇ ਨੇ, ਪਰ ਦੁਕਾਨਦਾਰਾਂ ਦੀ ਸਾਵਧਾਨੀ ਕਾਰਨ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਜਾਂਦਾ। ਬਿਲਕੁਲ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਗੁਰਦਾਸਪੁਰ ਸ਼ਹਿਰ ਦੀਆਂ ਨੇ, ਜਿੱਥੇ ਸਪਾਰਕਿੰਗ ਦੇ ਕਾਰਨ ਬਾਜ਼ਾਰ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ। ਤਾਂ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਦੇ ਹਾਂ, ਉਹਨਾਂ ਦਾ ਕਹਿਣਾ ਹੈ ਕਿ ਪਾਵਰਕੌਮ ਦੇ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ, ਪਰ ਇਹ ਸਵਾਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਦੱਸਿਆ ਕਿ ਅੱਜ ਫਿਰ ਖੰਭਿਆਂ ਦੇ ਵਿੱਚੋਂ ਇੱਕਦਮ ਅੱਗ ਨਿਕਲਣ ਹੈ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ, ਤੇ ਦੇਖਦੇ ਹੀ ਦੇਖਦੇ ਤਾਰਾਂ ਵਿੱਚੋਂ ਪਟਾਕਿਆਂ ਨਾਲ ਚਿੰਗਾਰੀਆਂ ਨਿਕਲਦੀਆਂ ਸ਼ੁਰੂ ਹੋ ਜਾਂਦੀਆਂ ਨੇ। ਚਿੰਗਾਰੀਆਂ ਨਾਲ ਇੱਕ ਰੇਹੜੀ ਦਾ ਛੱਤਰ ਹੈ ਜਿਹੜਾ ਸੜ ਕੇ ਪੂਰੀ ਦੀ ਤਰ੍ਹਾਂ ਸਵਾਹ ਹੋ ਜਾਂਦਾ, ਜਦਕਿ ਰੇਹੜੀ ਤੇ ਰੇਹੜੀ ਵਾਲੇ ਨੂੰ ਦੁਕਾਨਦਾਰਾਂ ਵੱਲੋਂ ਮੁਸ਼ਕਤ ਕਰਕੇ ਬਚਾ ਲਿਆ ਜਾਂਦਾ। ਤਾਂ ਬਿਲਕੁਲ ਇੱਕ ਦਰਦਨਾਕ ਹਾਦਸਾ ਹੋਣ ਤੋਂ ਜਿਹੜਾ ਘਟਨਾ ਬਚ ਜਾਂਦੀ ਹੈ, ਜਿਸ ਵਕਤ ਬਾਕੀ ਦੁਕਾਨਦਾਰਾਂ ਦੀ ਮਦਦ ਦੇ ਨਾਲ ਇੱਕ ਦੂਸਰੇ ਦੁਕਾਨਦਾਰ ਨੂੰ ਬਚਾ ਲਿਆ ਜਾਂਦਾ। ਉਹਨਾਂ ਕਿਹਾ ਕਿ ਬਾਜ਼ਾਰ ਭੀੜ ਵਾਲਾ ਇਲਾਕਾ ਹੈ, ਜਿੱਥੇ ਹਰ ਵੇਲੇ ਰੌਣਕ ਰਹਿੰਦੀ ਹੈ। ਉਹਨਾਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਨਾਮ ਮੇਰਾ ਜੀ ਵਿਨੇ ਗਾਂਧੀ ਹੈ, ਬਾਟਾ ਸ਼ੂ ਸ਼ੋਪ ਹੈ। ਇਹ ਇਸ ਤਰ੍ਹਾਂ ਕੋਈ ਪ੍ਰੋਬਲਮ ਜਿਹੜੀ ਹੈ ਇਹ ਅੱਜ ਦੀ ਨਹੀਂ ਹੈ, ਇਹ ਪ੍ਰੋਬਲਮ ਹਰ ਵਾਰੀ ਕ੍ਰੀਏਟ ਹੁੰਦੀ ਹੈ ਜਦੋਂ ਵੀ ਇਹ ਸਮਰ ਸੀਜ਼ਨ ਆਉਂਦਾ ਹੈ। ਹਰ ਵਾਰੀ ਸਾਰੇ ਦੁਕਾਨਦਾਰ ਮਤਲਬ ਡਿਪਾਰਟਮੈਂਟ ਅੱਗੇ ਇਹੋ ਸਬਮਿਸ਼ਨ ਕਰਨੇ ਆ ਵੀ ਇਹਨਾਂ ਤਾਰਾਂ ਜਿਹੜੀਆਂ ਹੈ, ਜਦੋਂ ਦਾ ਮੇਰਾ ਖਿਆਲ ਬਿਜਲੀ ਬੋਰਡ ਹੋਣ ਦੇ ਵਿੱਚ ਆਇਆ ਹੋਣਾ ਜਾਂ ਡਿਪਾਰਟਮੈਂਟ ਰਿਲੀਜ਼ ਹੋਇਆ ਦਾ ਹੋਣਾ, ਉਦੋਂ ਦੀਆਂ ਹੀ ਹੈ ਜਿਹੜਾ ਇਹ ਸਟਰਕਚਰ ਹੈ ਜਿਹੜਾ ਆ ਇਹ ਸਾਰਾ ਉਦੋਂ ਦਾ ਹੀ ਚੱਲਦਾ ਆ ਰਿਹਾ ਹੈਗਾ ਹੈ। ਮਤਲਬ ਦੇਖੋ ਉਸ ਟਾਈਮ 'ਤੇ ਜਿਹੜਾ ਕੰਜਮਪਸ਼ਨ ਕਿੰਨੀ ਘੱਟ ਮਤਲਬ ਹੋਵੇਗੀ, ਇਸ ਟਾਈਮ ਮਤਲਬ ਅੱਜ ਤੋਂ 70 ਸਾਲ ਪਹਿਲੇ ਕੰਜਮਪਸ਼ਨ ਕੀ ਹੋਏਗੀ ਜਾਂ 75 ਸਾਲ ਪਹਿਲੇ ਕੀ ਹੋਏਗੀ, ਹੁਣ ਕੰਜਮਪਸ਼ਨ ਕੀ ਹੈ, ਪਰ ਕਿਸੇ ਦਾ ਇਸ ਪਾਸੇ ਕੋਈ ਖਿਆਲ ਹੀ ਨਹੀਂ ਹੈ। ਕਿਉਂਕਿ ਇਹ ਫਿਰ ਜਦੋਂ ਵੀ ਹੈ ਮਤਲਬ ਟੈਂਪਰੇਰੀ ਤੌਰ 'ਤੇ ਆਰਜ਼ੀ ਤੌਰ 'ਤੇ ਇਹਨੂੰ ਹੀ ਗੰਢ ਗੁੰਢ ਕੇ ਆ ਜਿਹੜਾ ਉਹ ਰਿਪੇਅਰ ਕਰਕੇ ਤਾਂ ਚਲੇ ਜਾਂਦੇ ਆ। ਸਾਡੀ ਤਾਂ ਤੁਹਾਡੇ ਰਾਹੀਂ ਇੰਨੀ ਸਬਮਿਸ਼ਨ ਹੈਗੀ ਆ ਵੀ ਇਹ ਜਿਹੜਾ ਜੋ ਵੀ ਹੈ ਵੀ ਇਹਦਾ ਪਰਮਾਨੈਂਟਲੀ ਹੱਲ ਕੀਤਾ ਜਾਏ ਵੀ ਤਾਂ ਕਿ ਕਿਸੇ ਦਾ ਵੀ ਕੋਈ ਕਿਸੇ ਕਿਸਮ ਦਾ ਨੁਕਸਾਨ, ਕੋਈ ਜਾਨੀ ਕੋਈ ਮਾਲੀ ਨੁਕਸਾਨ ਨਾ ਹੋ ਸਕੇ। ਕਿਉਂਕਿ ਇਹ ਜਿਹੜੀਆਂ ਸ਼ੌਪ ਨੇ ਇਹਨਾਂ ਦੇ ਬਿਲਕੁਲ ਨਾਲ ਟੱਚ ਨੇ, ਤਾਰਾਂ ਦੇ ਨਾਲ ਟੱਚ ਹੈ। ਜਿੱਦਾਂ ਇਹ ਅੱਜ ਦਾ ਮੰਜ਼ਰ ਹੋਇਆ ਹੈ ਵੀ ਇੰਨੀ ਬਲਾਸਟਿੰਗ ਹੋਈ ਹੈਗੀ ਹੈ, ਮਤਲਬ ਸਾਰੇ ਬੰਨੇ ਜਿੱਥੋਂ ਜਿੱਥੋਂ ਵੀ ਇਹ ਡਿੱਗੀਆਂ ਹੈ ਥੱਲੇ, ਇਹ ਕਿਤੇ ਵੀ ਕੋਈ ਅਨਸੁਖਾਵੀ ਘਟਨਾ ਵਾ ਜਿਹੜੀ ਇਹ ਹੋ ਸਕਦੀ ਸੀ, ਕੋਈ ਹੈਪਨਿੰਗ ਹੋ ਸਕਦੀ। ਇਹ ਹਰ ਸੀਜ਼ਨ ਹੁੰਦਾ ਜੀ, ਇਹ ਹਰ ਸੀਜ਼ਨ ਕੰਟੀਨਿਊ 5-6 ਵਾਰੀ ਹੁੰਦਾ ਹੈ ਇਹ ਸਮਰ ਸੀਜ਼ਨ ਦੇ ਵਿੱਚ। ਖਾਸ ਨੁਕਸਾਨ ਵੀ ਹੋਇਆ,
ਨੁਕਸਾਨ ਅੱਜ ਮਤਲਬ ਹੋਣ ਤੋਂ ਕਾਫੀ ਜ਼ਿਆਦਾ ਫਾਇਰ ਬ੍ਰਿਗੇਡ ਵੀ ਆਈ ਹੈਗੀ ਆ। ਹਾਂਜੀ, ਇਸ ਤੋਂ ਪਹਿਲੇ ਵੀ ਹੁੰਦਾ ਵਾ, ਇਹ ਚੀਜ਼ ਮੋਟਰਸਾਈਕਲ 'ਤੇ ਪੈ ਗਈ ਸੀ, ਡਿੱਗ ਪਈ ਸੀ, ਇਹ ਚੀਜ਼ ਆ, ਉਹ ਬੰਦੇ ਬੜੀ ਮੁਸ਼ਕਲ ਬਚੇ ਸੀ। ਮੰਗ ਇਹੋ ਕਰਨੇ ਆ ਸਰ ਵੀ ਇਹਦਾ ਪਰਮਾਨੈਂਟਲੀ ਹੱਲ ਡਿਪਾਰਟਮੈਂਟ ਵੱਲੋਂ ਕੀਤਾ ਜਾਏ। ਜੋ ਵੀ ਇਹਦੀਆਂ ਤਾਰਾਂ ਹੈਵੀ ਕੇਬਲਸ ਹੈਗੀਆਂ ਹੈ ਉਹ ਪਾਈਆਂ ਜਾਣ, ਨਾ ਕਿ ਇਹਨਾਂ ਨੂੰ ਰਿਪੇਅਰ ਕਰਕੇ ਅਤੇ ਚਲਾ ਦਿੱਤਾ ਜਾਏ ਤਾਂ ਫਿਰ ਆ ਜਿਹੜਾ ਵੀ ਉਹ ਦੁਕਾਨਦਾਰ ਰਿਸਕ ਹੇਠ ਹੀ ਰਹਿਣ। ਕਿੰਨੀ ਵਾਰੀ ਕੰਪਲੇਂਟ ਕਰ ਚੁੱਕੇ ਹੋ? ਇਹ ਕਾਫੀ ਟਾਈਮ ਕੰਪਲੇਂਟ ਹੁੰਦੀ ਹੈ ਜੀ, ਹਰ ਸੀਜ਼ਨ ਕੰਪਲੇਂਟ ਹੁੰਦੀ ਹੈ, ਕਾਫੀ ਟਾਈਮ ਹੁੰਦੀ ਹੈਗੀ ਹੈ ਕੰਪਲੇਂਟ, ਪਰ ਉਹਦੇ ਬਾਵਜੂਦ ਕਦੀ ਕੋਈ ਹੱਲ ਪਰਮਾਨੈਂਟਲੀ ਜਿਹੜਾ ਵਾ ਉਹ ਨਹੀਂ ਨਿਕਲਿਆ ਹੈਗਾ। ਹਾਂਜੀ, ਸੁਭਾਸ਼ ਭੰਡਾਰੀ ਆ, ਗਣਪਤੀ ਗਾਰਮੈਂਟਸ ਮੇਰੀ ਇੱਥੇ ਬਾਜ਼ਾਰ 'ਚ ਹੀ ਦੁਕਾਨ ਆ ਜਿੱਥੇ ਹਾਦਸਾ ਹੋਇਆ। ਮੈਂ ਬਾਹਰ ਹੀ ਖੜ੍ਹਾ ਸੀ ਅਤੇ ਮੇਰੇ ਦੇਖਦੇ ਦੇਖਦੇ ਪਹਿਲੇ ਦੋ ਖੰਭਿਆਂ ਨੂੰ ਅੱਗ ਲੱਗੀ ਹੈ, ਉਹਦੇ 'ਚ ਉਹ ਤਾਰਾਂ ਦੋ ਡਿੱਗੀਆਂ ਪਹਿਲੇ, ਉਹ 10 ਮਿੰਟ ਦੇ ਬਾਅਦ ਹੀ ਚਾਰ ਖੰਭਿਆਂ ਨੂੰ ਅੱਗ ਇਕੱਠੀ ਲੱਗ ਗਈ ਆ, ਉਹ ਸਾਰੀਆਂ ਤਾਰਾਂ ਥੱਲੇ ਗਿਰ ਗਈਆਂ ਚਰਚ ਦੇ ਅੱਗੇ, ਅਤੇ ਬੜੀ ਮੁਸ਼ਕਲ ਲੋਕਾਂ ਨੇ ਆਪਣੀ ਜਾਨ ਬਚਾਈ ਆ ਦੌੜ ਦੌੜ ਕੇ ਇੱਥੋਂ ਦੀ, ਜਿੰਨੇ ਵੀ ਰੇੜੀਆਂ ਵਾਲੇ ਥੱਲੇ ਖਲੋਤੇ ਦੇ ਸੀ। ਇੱਕ ਰੇੜੀ ਦੇ ਛੱਤਰ ਨੂੰ ਤਾਂ ਪੂਰੀ ਅੱਗ ਲੱਗ ਗਈ ਆ, ਉਹਨੂੰ ਬੜੀ ਮੁਸ਼ਕਲ ਫੜ ਕੇ ਲੋਕਾਂ ਨੇ ਬਾਹਰ ਕੱਢਿਆ। ਅਤੇ ਮੇਰੇ ਹੋਸ਼ ਦੇ ਹਿਸਾਬ ਨਾਲ ਕਿ 54-55 ਸਾਲ ਹੋ ਗਏ ਨੇ ਮੈਨੂੰ ਦੁਕਾਨ 'ਤੇ ਇੱਥੇ ਕੰਮ ਕਰਦਿਆਂ, ਇੱਥੇ ਹਜ਼ਾਰਾਂ ਵਾਰੀ ਦੁਕਾਨ ਤਾਰਾਂ ਟੁੱਟੀਆਂ ਔਰ ਗੰਢ ਕੇ ਚਲੇ ਜਾਂਦੇ ਨੇ। ਬੜੀ ਵਾਰੀ ਸਾਡੀ ਡਿਮਾਂਡ ਹੋਈ ਹੈ ਕਿ ਮੋਟੀ ਕੇਬਲ ਪਾ ਦਿੱਤੀ ਜਾਏ, ਦੋ ਤਿੰਨ ਪਾ ਦਿਉ ਸਾਡੀ ਦੁਕਾਨਾਂ ਤੋਂ, ਜਿਹੜਾ ਹਟਵੀਂ ਹੋ ਜਾਵੇ, ਬਿਲਕੁਲ ਨਾ ਲੱਗਦੀਆਂ ਦੁਕਾਨਾਂ ਦੇ ਨਾਲ ਬਿਲਕੁਲ। ਪਿੱਛੇ ਜੀ ਵੀ ਤਾਰਾਂ 3 ਵਾਰੀ ਟੁੱਟ ਚੁੱਕੀਆਂ, ਉਦੋਂ ਵੀ ਥੱਲੇ ਬੰਦੇ ਖੋਤੇ ਦੇ ਮਸਾਂ ਬਚੇ ਹੋ। ਇੱਕ ਵਾਰੀ ਛੱਤਰ ਸਾਡੇ ਨੂੰ ਅੱਗ ਲੱਗ ਗਈ, ਛੱਤਰੀ ਜਿਹੜੀ ਖੁੱਲ੍ਹਦੀ ਦੁਕਾਨ ਦੇ ਅੱਗੇ, ਉਹ ਬੜੀ ਮੁਸ਼ਕਲ ਬਚੇ ਸੀ। ਇਹ ਨਾਲ ਖੰਭਿਆਂ ਦੀ ਪ੍ਰੈਸ ਮੌਕੇ 'ਤੇ ਆ ਕੇ, ਇਹਨਾਂ ਦੀ ਸ਼ਕਲ ਦੇਖੋ ਖੰਭੇ ਹੈ ਕਿਸ ਤਰ੍ਹਾਂ ਦੇ ਨੇ, ਪਤਾ ਨਹੀਂ ਕਿਹੜੇ ਵੇਲੇ ਡਿੱਗਿਆ ਅਤੇ ਕੀ ਹਾਦਸਾ ਹੋ ਜਾਏ, ਕਿੰਨੇ ਬੰਦੇ ਥੱਲੇ ਆ ਕੇ ਮਰ ਸਕਦੇ ਨੇ। ਬਸ ਸਾਡੀ ਇੱਕੋ ਹੀ ਡਿਮਾਂਡ ਹੈ ਕਿ ਇਸ ਚੀਜ਼ ਨੂੰ ਜਲਦੀ ਤੋਂ ਜਲਦੀ ਅੱਛੇ ਤਰੀਕੇ ਨਾਲ ਮੋਟੀਆਂ ਕੇਬਲਾਂ ਪਾ ਕੇ ਬਾਜ਼ਾਰ ਵਾਲਿਆਂ ਲਈ ਸਹੂਲਤ ਕੀਤੀ ਜਾਏ। ਇਹਦੇ ਬਾਰੇ ਬਿਜਲੀ ਬੋਰਡ ਨੂੰ ਜਾਣੂ ਕਰਵਾ ਚੁੱਕੇ ਹੋ? ਹਾਂਜੀ, ਬੜੀ ਵਾਰੀ ਉਹਨਾਂ ਨੂੰ ਕਿਹਾ ਕਿ ਮੋਟੀ ਕੇਬਲ ਪਾ ਦਿਓ, ਮੋਟੀ ਕੇਬਲ ਸਾਰੇ ਸ਼ਹਿਰ 'ਚ ਪੈ ਗਈ ਚੁੱਕੀ ਦੀਆਂ। ਅੱਜ ਦੀ ਘਟਨਾ ਬਾਰੇ ਦੱਸਿਆ ਹਾਲੇ ਤੱਕ ਕੋਈ ਨਹੀਂ ਆਇਆ? ਤਾਰਾਂ ਇਸੇ ਤਰ੍ਹਾਂ ਪਈਆਂ ਦੀਆਂ ਨਾ ਅਸੀਂ ਹਾਲਤ ਇਹੋ ਹੀ ਹੈ ਕਿ ਸਾਰੇ ਬਾਜ਼ਾਰ ਜਾਨੀ ਨੁਕਸਾਨ ਹੋਣ ਤੋਂ ਬਚਣ ਵਾਸਤੇ ਹਰ ਕੋਈ ਚਾਹੁੰਦਾ ਕਿ ਕਿਸੇ ਦਾ ਜਾਨ ਨਾ ਜਾਏ। ਮੋਟੀਆਂ ਕੇਬਲਾਂ ਪਾਉਣ ਇੱਥੇ ਆ ਕੇ, ਖੰਭਿਆਂ ਨੂੰ ਠੀਕ ਤਰੀਕੇ ਨਾਲ ਲਾਉਣ, ਅਸੀਂ ਨਾਲ ਸਹੂਲਤ ਦੇਵਾਂਗੇ, ਕੋਈ ਗੱਲ ਨਹੀਂ। ਸਾਨੂੰ ਦੋ ਤਿੰਨ ਦਿਨ ਰੇਹੜੀ ਪੂਰੀ ਲੈਣੀ ਰੇਹੜੀਆਂ ਦੀ ਹੈ ਜੀ। ਸਿੰਧੀ ਹੋਟਲ ਤੋਂ ਲੈ ਕੇ ਉੱਥੇ ਬਾੜਾ ਚੌਂਕ ਤੱਕ, ਬਾੜਾ ਸ਼ਾਪ ਤੱਕ ਜੀ। ਸਬਡਨ ਸਿਟੀ ਗੁਰਦਾਸਪੁਰ, ਅੱਜ ਜ਼ਿਆਦਾ ਲੋਡ ਹੋਣ ਦੇ ਕਾਰਨ ਜਿਹੜੀਆਂ ਤਾਰਾਂ ਨੇ ਡ੍ਰਿਪ ਕਰਕੇ ਆਪਸ ਵਿੱਚ ਟੁੱਟ ਗਈਆਂ ਨੇ, ਔਰ ਇਹ ਜਿਹੜਾ ਹੈਗਾ ਬਾਜ਼ਾਰ ਸੰਘਣੀ ਵਾਦੀ ਹੋਣ ਕਰਕੇ ਮੈਂ ਇਹਦਾ ਐਸਟੀਮੇਟ ਬਣਾਇਆ, ਐਸਟੀਮੇਟ ਪਾਸ ਹੋ ਚੁੱਕਾ ਹੈ। ਕਾਮਿਆਂ ਦੀ ਘਾਟ ਕਰਕੇ ਜਿਹੜਾ ਉਹ ਕੰਮ ਥੋੜ੍ਹਾ ਨਹੀਂ ਹੋ ਸਕਿਆ, ਹੁਣ ਐਸਟੀਮੇਟ ਪਾਸ ਹੋ ਗਿਆ। ਮੈਂ ਕੋਸ਼ਿਸ਼ ਕੀਤੀ ਆ ਕਿ ਜਿਹੜਾ ਇਹ ਐਸਟੀਮੇਟ ਹੈ ਵਰਕ ਆਰਡਰ ਕਰਾ ਕੇ ਠੇਕੇ ਦਾ ਤੋਂ ਕੰਮ ਕਰਵਾਇਆ ਜਾਵੇਗਾ ਕੁਝ ਹੀ ਦਿਨਾਂ ਦੇ ਵਿੱਚ। ਬਾਕੀ ਅੱਜ ਜਿਹੜੀਆਂ ਟੁੱਟੀਆਂ ਹੋਈਆਂ ਤਾਰਾਂ, ਮੇਰੇ ਕੋਲ ਦੋ ਕਰਮਚਾਰੀ ਨੇ, ਬਾਕੀ ਮੈਂ ਪ੍ਰਾਈਵੇਟ ਕਰਮਚਾਰੀ ਲਾ ਕੇ ਨਾਲ ਹੁਣ ਮੈਂ ਇਹਨਾਂ ਤਾਰਾਂ ਨੂੰ ਗੰਢਾ ਰਿਹਾ ਵਾਂ। ਮੈਂ ਇੱਕ ਘੰਟੇ ਦੇ ਵਿੱਚ ਜਿਹੜੀ ਟੁੱਟੀਆਂ ਹੋਈਆਂ ਤਾਰਾਂ ਨੇ ਇਹਨਾਂ ਨੂੰ ਇੱਕੋ ਘੰਟੇ ਦੇ ਵਿੱਚ ਜਿਹੜੀ ਬਿਜਲੀ ਆ ਸਪਲਾਈ ਆ ਇਹਨੂੰ ਬਹਾਲ ਕਰਕੇ ਹੀ ਘਰ ਨੂੰ ਜਾਵਾਂਗਾ।
ਆਰਜੀ ਤੌਰ ਤੇ ਤੇ ਹੱਲ ਹੋ ਗਿਆ, ਪਰਮਾਨੈਂਟ ਹੱਲ ਹੈ? ਪਰਮਾਨੈਂਟ ਹੱਲ ਇਹ ਆ ਵੀ ਇਹਦਾ ਐਸਟੀਮੇਟ ਪਾਸ ਹੋ ਚੁੱਕਾ, ਮੈਂ ਸਟੋਰ ਦੇ ਵਿੱਚੋਂ ਜਿਹੜੀ ਅਸਰ ਕੱਟ ਕਟਾ ਕੇ ਸਮਾਨ ਡਰਾ ਕਰਾ ਕੇ ਐਸੇ ਹੀ ਹਫ਼ਤੇ ਦੇ ਵਿੱਚ ਜਿਹੜਾ ਹੈਗਾ ਇਹ ਆ ਬਾਜ਼ਾਰ ਦਾ ਜਿਹੜਾ ਹੈਗਾ ਗੰਦ ਅਤੇ ਇੱਕ ਇੱਕ ਹਫ਼ਤੇ ਦੇ ਵਿੱਚ ਤਾਰਾਂ ਨਵੀਆਂ ਪਵਾ ਕੇ ਕੰਪਲੀਟ ਕਰ ਦੇਵਾਂਗੇ।